ਪੰਜਾਬ ਦੇ ਜਿਹੜੇ ਮੰਤਰੀ ਨੇ ਉਹਨਾਂ ਦਾ ਜਾਇਜ਼ਾ ਲੈਣ ਨੂੰ ਪਹੁੰਚ ਰਹੇ ਨੇ ਸਾਡੇ ਨਾਲ, ਇਸ ਲਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗੱਲ ਕਰਾਂਗੇ ਉਹਦੇ ਨਾਲ। ਸਰ, ਕੀ ਸਟੇਟਸ ਹੈ ਇਸ ਵੇਲੇ ਦਾ? ਸਟੇਟਸ ਪਤਾ ਵੀ 23 ਡੈਥ ਹੋ ਚੁੱਕੀਆਂ ਨੇ, ਸੀਰੀਅਸ ਜ਼ਖਮੀ ਜਿਹੜੇ ਅੰਮ੍ਰਿਤਸਰ ਭੇਜਤੇ ਨੇ, ਕੁਛ ਇੱਥੇ ਪਏ ਨੇ। ਸਰਕਾਰ ਨੇ, ਰੰਧਾਵਾ ਸਾਹਿਬ ਨੇ ਜਿਵੇਂ ਪਹਿਲਾਂ ਦੱਸਿਆ ਵੀ 2-2 ਲੱਖ ਰੁਪਈਆ ਜਿਹਨਾਂ ਪਰਿਵਾਰਾਂ ਦੇ ਬਦਕਿਸਮਤ ਜੀ ਜਾਂਦੇ ਰਹੇ ਉਹਨਾਂ ਨੂੰ, ਅਤੇ ਜਿਹੜੇ ਸੀਰੀਅਸਲੀ ਜ਼ਖਮੀ ਉਹਨਾਂ ਨੂੰ 50-50 ਹਜ਼ਾਰ ਰੁਪਈਆ, ਅਤੇ ਜਿਹੜੇ ਘੱਟ ਜ਼ਖਮੀ 25-25 ਹਜ਼ਾਰ ਰੁਪਈਆ ਦਿੱਤਾ। ਇਨਕੁਆਇਰੀ ਸੀ ਐੱਮ ਸਾਹਿਬ ਨੇ ਆਰਡਰ ਕਰਤੀ ਹੈ, ਇਨਕੁਆਇਰੀ 'ਚ ਜੋ ਸਾਹਮਣੇ ਆਏਗਾ, ਜਿਹੜਾ ਕਸੂਰ ਹੋਏਗਾ, ਉਹਨੂੰ ਕਾਨੂੰਨ ਮੁਤਾਬਕ ਉਹਦੇ ਬਾਰੇ ਜੋ ਕੀਤਾ ਜਾਵੇਗਾ। ਸਰ, ਕਿਤੇ ਨਾ ਕਿਤੇ ਉਂਗਲੀਆਂ ਉੱਠ ਰਹੀਆਂ ਕਿ ਫੈਕਟਰੀ ਦੀ ਜਿਹੜੀ ਵੈਧਤਾ ਬਾਰੇ, ਕਿ ਉਹ ਲੀਗਲ ਹੈ ਕਿ ਇਲੀਗਲ ਹੈ, ਉਹ ਗੱਲਾਂ ਉੱਠ ਰਹੀਆਂ ਨੇ, ਤਾਂ ਉਹਦੇ ਬਾਰੇ 60 ਸਾਲ ਪੁਰਾਣੀ ਹੈ ਫੈਕਟਰੀ ਚੱਲਣ ਦੀ ਜੀ, ਸੋ ਕਿਸ ਵੇਲੇ ਕਿਹਦੇ ਵੇਲੇ ਲੈਪਸ ਹੋਈ ਆ, ਇਹ ਇਨਕੁਆਇਰੀ ਤੋਂ ਬਾਅਦ ਆਪਾਂ ਕਿਉਂ ਕਾਲੇ ਪਏ, ਕੰਕਲੂਜਨ 'ਤੇ ਕਿਉਂ ਪਹਿਲਾਂ ਪਹੁੰਚੀਏ? ਇਨਕੁਆਇਰੀ ਹੋ ਰਹੀ ਹੈ, ਇਨਕੁਆਇਰੀ ਰਿਪੋਰਟ ਆਏਗੀ, ਇਨਕੁਆਇਰੀ ਰਿਪੋਰਟ ਪਬਲਿਕ ਹੋਏਗੀ, ਲੋਕ ਆਪਣਾ ਹੁਣ ਵਿਚਾਰ ਦੱਸਣ। ਅਤੇ ਇਨਕੁਆਇਰੀ ਹੋਵੇਗੀ ਔਰ ਉਹਦੇ ਵਿੱਚ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਦਿੱਤੀ ਜਾਏਗੀ, ਇਹ ਕਹਿਣਾ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦਾ। ਔਰ ਉਹ ਪਹੁੰਚੇ ਸੀਗੇ ਇੱਥੇ ਜਾਇਜ਼ਾ ਲੈਣ ਬਟਾਲਾ ਸਿਵਲ ਹਸਪਤਾਲ ਦੇ ਵਿੱਚ। ਕੈਮਰਾਮੈਨ ਯੋਗੇਸ਼ ਦੇ ਨਾਲ ਸੰਜੀਵ ਮਗੋਤਰਾ, ਦੈਨਿਕ ਸਵੇਰਾ ਟੀਵੀ, ਬਟਾਲਾ। ਹੈਲੋ ਐਵਰੀਵਨ, ਮਾਈ ਨੇਮ ਇਜ਼ ਦੇਵਾ ਸੈਟੀ, ਆਈ ਐਮ ਫਰੋਮ ਫਗਵਾੜਾ ਔਰ ਮੈਂ 25 ਸਾਲ ਕੀ ਹੂੰ। ਵਨ ਆਫ ਮਾਈ ਫਰੈਂਡ ਫਰੋਮ ਜਲੰਧਰ, ਉਹਨੇ ਮੁਝੇ ਬੋਡੀ ਫੈਟ ਕੇ ਬਾਰੇ ਮੈਂ ਬਤਾਇਆ। ਸਿਰਫ 3 ਮਹੀਨੇ ਯਹਾਂ ਪੇ ਸਪੈਂਡ ਕਰਨੇ ਕੇ ਬਾਅਦ ਮੈਨੇ ਟੋਟਲ ਵੇਟ ਲਾਸ ਯਹਾਂ ਪੇ 16 ਕੇਜੀ ਕੀਆ ਹੈ ਔਰ ਮੇਰਾ ਇੰਚ ਲਾਸ ਵੀ 70+ ਕੀਆ ਹੈ। ਆਈ ਵੁਡ ਲਾਈਕ ਟੂ ਸੇ ਪਲੀਜ਼ ਕਮ ਹੇਅਰ ਫੋਰ ਅ ਹੈਲਦੀ ਵੇਟ ਲਾਸ ਐਂਡ ਯੂ ਵਿਲ ਸੀ ਦ ਰਿਜ਼ਲਟਸ। ਥੈਂਕ ਯੂ ਸੋ ਮਚ। ਹੋਇਆ ਖੈਰ ਹੁਆ ਸਾ।